ਆਪ ਦੇ ਸਿਤਾਰੇ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਮੇਸ਼ਾ ਹੀ ਇੱਕ ਕਲਾਕਾਰ ਇੱਕ ਫਨਕਾਰ ਨੂੰ ਲੈ ਕੇ ਹਾਜ਼ਰ ਹੁੰਨੇ ਆਂ ਔਰ ਉਹਨਾਂ ਦੀ ਇਹ ਕਲਾਕਾਰੀ ਦੀ ਕਹਾਣੀ ਇਹ ਜੁਬਾਨੀ ਉਹਨਾਂ ਦੀ ਹੀ ਸੁਣਾਵਾਂਗੇ ਲੇਕਿਨ ਉਹ ਕਲਾਕਾਰ ਮੈਂ ਪਿੱਛੋਂ ਦਿਖਾਵਾਂਗੀ ਸੁਣਾਵਾਂਗੀ ਬੜੀ ਹੀ ਜਲਦੀ ਤੁਹਾਡੇ ਅੱਗੇ ਪੇਸ਼ ਕਰਾਂਗੀ ਪਹਿਲਾਂ ਮੈਂ ਉਹਨਾਂ ਬਾਰੇ ਵੀ ਕੁਝ ਦੱਸਾਂਗੀ ਲੇਕਿਨ ਸ਼ੁਕਰੀਆ ਅਦਾ ਕਰਾਂਗੇ ਅਸੀਂ ਆਪਣੇ ਸਪਾਂਸਰਸ ਦਾ ਸਪான்ਸਰ ਸਾਡੇ ਮੇਮ ਸਾਫ ਫਰਮ ਲੈਮਿੰਟਸਪਾਰਟ ਟਾਪ ਆਫ ਦਾ ਟਾਊਨ ਬੜਾ ਹੀ ਸਵਾਦਿਸ਼ ਖਾਣਾ ਮਿਲਦਾ ਉਥੇ ਜ਼ਰੂਰ ਜਾਓ ਆਪਣਾ ਖਾਣਾ ਖਾਓ ਦੁਪਹਿਰ ਦੇ ਵਕਤ ਵੀ ਲੰਚ ਟਾਈਮ ਵੀ ਖੂਬਸੂਰਤ ਖਾਣਾ ਮਿਲਦਾ ਹੈ ਔਰ ਉਸ ਖਾਣੇ ਦਾ ਤੁਸੀਂ ਮਜ਼ਾ ਉਡਾਓ ਔਰ ਮੇਮ ਸਾਫ ਦਾ ਇੱਕ ਵਾਰ ਸ਼ੁਕਰੀਆ ਅਦਾ ਕਰਾਂਗੇ ਔਰ ਸ਼ੁਕਰੀਆ ਅਦਾ ਕਰਾਂਗੇ ਅਸੀ ਬਿਲਾਲ ਜੀ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕੀਤਾ ਔਰ ਬਿਲਾਲ ਜੀ ਦੇ ਕਬਾਬ ਹੂੰ ਮੂੰਹ ਪਾਣੀ ਆ ਜਾਂਦਾ ਬਿਲਾਲ ਜੀ ਦਾ ਨਾਮ ਦਿਲਦਾਰ ਜੀ ਤੁਹਾਡਾ ਸ਼ੁਕਰੀਆ ਅਦਾ ਕਰਾਂਗੇ ਸ਼ਹਿਨਾਜ਼ ਜੀ ਦਾ ਜਿਨ੍ਹਾਂ ਨੇ ਖਾਣ ਵਾਸਤੇ ਬਹੁਤ ਹੀ ਚੀਜ਼ਾਂ ਉੱਥੇ ਨੰਦੇ ਨੇ ਕਬਾਬ ਕੀ ਬਰੀਆਨੀ ਕੀ ਡੋਨਰ ਕਬਾਬ ਹਰ ਤਰ੍ਹਾਂ ਦੀ ਕਰੀ ਉਸੇ ਸ਼ਾਮਿਲ ਹੁੰਦੀ ਹੈ ਔਰ ਅੱਗੇ ਜਾ ਕੇ ਵੀ ਤੁਹਾਨੂੰ ਮੈਂ ਦੱਸਾਂਗੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਅਸੀਂ ਚੱਲਾਂਗੇ ਅੱਜ ਦੇ ਸਾਡੇ ਕਲਾਕਾਰ ਵਾਲ ਇਹ ਕਲਾਕਾਰ ਬਹੁਤ ਹੀ ਮੋਜਤਾ ਤੋਂ ਤੁਹਾਡੇ ਸਾਹਮਣੇ ਗੀਤ ਸੰਗੀਤ ਲੈ ਕੇ ਪੇਸ਼ ਹੁੰਦੇ ਨੇ ਲੇਕਿਨ ਇਹ ਕਲਾਕਾਰ ਵਨ ਆਫ ਦਾ ਰਾਈਟਰ ਐਂਡ ਸਿੰਗਰ ਐਂਡ ਪ੍ਰੋਡਿਊਸਰ ਐਂਡ ਵਾਟ ਏਵਰ ਹੀ ਇਜ਼ ਬਟ ਹੀ ਇਜ਼ ਅ ਗ੍ਰੇਟ ਆਮ 빅 ਫੈਨ ਆਫ ਹਿਮ ਬਹੁਤ ਹੀ ਖੂਬਸੂਰਤ ਹਰ ਗਬਰੂ ਦੇ ਦਿਲ ਵਿੱਚ ਧੜਕੇ ਅੱਖ ਵਿੱਚ ਧੜਕੀ ਹਮ ਰੜਕੇ ਵੀ ਲੇਕਿਨ ਰੜਕਦੇ ਇਹ ਕਿਸ ਤਰ੍ਹਾਂ ਨੇ ਕਹਿੰਦੇ ਤੇਰੇ ਬਿਨਾ ਨਹੀਂ ਜੀਣਾ ਮੈਂ ਨਹੀਂ ਕਹਿ ਰਹੀ ਹਮ ਇਹ ਸਾਡੇ ਕਲਾਕਾਰ ਕਹਿ ਰਹੇ ਨੇ ਕਿ ਤੇਰੇ ਬਿਨਾ ਨਹੀਂ ਜੀਣਾ ਨਹੀਂ ਜੀਣਾ ਤੇਰੇ ਬਿਨਾਂ ਨਹੀਂ ਜੀਣਾ ਔਰ ਅਸੀਂ ਵੀ ਨਹੀਂ ਜੀਣਾ ਇਹਨਾਂ ਬਿਨਾ ਸੋ ਮੈਂ ਪੇਸ਼ ਕਰਨ ਜਾ ਰਹੀਆਂ ਸਾਡੇ ਅੱਜ ਦੇ ਕਲਾਕਾਰ ਨਿਰਮਲ ਸਿੱਧੂ ਜੀ ਸਤਿ ਸ਼੍ਰੀ ਅਕਾਲ ਸਸਕਲ ਜੀ ਦੀਪ ਜੀ ਕੀ ਹਾਲ ਚਾਲ ਬਿਲਕੁਲ ਠੀਕ ਠਾਕ ਹੈ ਜੀ ਵੈਸੇ ਹਾਲ ਬਹੁਤ ਵਧੀਆ ਸੀ ਪਰ ਤੁਹਾਡੇ ਨਾਲ ਐ ਸੀਟ ਤੇ ਬੈਠ ਕੇ ਹੋਰ ਜ਼ਿਆਦਾ ਵਧੀਆ ਹਾਲ ਚਾਲ ਹੋ ਗਿਆ ਬੜੇ ਸਮਾਰਟ ਲੱਗ ਰਹੇ ਹੋ ਮੈਂ ਤਾਂ ਹੀ ਕਹਿ ਰਿਆ ਨਾ ਕਿਉਂਕਿ ਸ਼ੀਸ਼ਾ ਜੇ ਤੋ ਦੇਖੀਦਾ ਨਾ ਤੇ ਵਰੀ ਫਿਰ ਥੋੜਾ ਜਿਹਾ ਅਸਰ ਬੰਦੇ ਤੇ ਉਤੇ ਹੋ ਜਾਂਦਾ ਨਾ ਸ਼ੀਸ਼ੇ ਵਿੱਚ ਬੰਦਾ ਜਿਹੜਾ ਨਹੀਂ ਵੀ ਸੋਹਣਾ ਹੁੰਦਾ ਵੀ ਸੋਹਣਾ ਲੱਗਣ ਲੱਗ ਪੈਂਦਾ ਹੈ ਹਾਏ ਹਾਏ ਹੁਣ ਤੁਹਾਡੇ ਨਾਲ ਮੈਂ ਬੈਠਾ ਕੁਝ ਨਾ ਕੁਝ ਅਸਰ ਹੋਏਗਾ ਨਾ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਵੀਨਸ ਟੀਵੀ ਦੇ ਉੱਪਰ ਔਰ ਵੀਨਸ ਟੀਵੀ ਤੇ ਸਾਡੇ ਜਿੰਨੇ ਵੀ ਕਲਾਕਾਰ ਆਉਂਦੇ ਨੇ ਫਨਕਾਰ ਆਉਂਦੇ ਨੇ ਉਹ ਆਪਣੀ ਕਹਾਣੀ ਆਪਣੀ ਜ਼ੁਬਾਨੀ ਹੀ ਸੁਣਾਉਂਦੇ ਆ ਕਿ ਕਿਸ ਤਰ੍ਹਾਂ ਉਹ ਕਲਾਕਾਰਾਂ ਨੇ ਇਸ ਫੀਲਡ ਦੇ ਵਿੱਚ ਜਨਮ ਲਿੱਤਾ ਜਨਮ ਤਾਂ ਤੁਸੀਂ ਮੈਨੂੰ ਪਹਿਲਾਂ ਪੁੱਛਦਿਆਂ ਕਿੱਥੇ ਲੇਕਿਨ ਇਸ ਪੀਲ ਦੇ ਵਿੱਚ ਕਦੋਂ ਦਾ ਜਨਮ ਲਿੱਤਾ ਔਰ ਕਦੋਂ ਦੇ ਤੁਸੀਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਹੋ ਅਸੀਂ ਪਹਿਲਾਂ ਪਹਿਲਾਂ ਜਿਹੜਾ ਸਭ ਤੋਂ ਮਸ਼ਹੂਰ ਤੁਹਾਡਾ ਗਾਣਾ ਬਿਫੋਰ ਹੀ ਮੈਂ ਆਸਕ ਯੂ ਕਿ ਤੁਹਾਡਾ ਜਨਮ ਕਿੱਥੇ ਹੋਇਆ ਜਿਹੜਾ ਤੁਹਾਡਾ ਗਾਣਾ ਯੂਕੇ ਦੇ ਵਿੱਚ ਹਰ ਵਾਦੀਆਂ ਚ ਬੜਾ ਮਸ਼ਹੂਰ ਹੋਇਆ ਉਹ ਗੀਤ ਮੈਨੂੰ ਪਹਿਲਾਂ ਉਹਦੀ ਇੱਕ ਲਾਈਨ ਸੁਣਾਓ ਫਿਰ ਮੈਨੂੰ ਨੜਕ ਰਿਹਾ ਹਾਂ ਬਿਲਕੁਲ ਜੀ ਮੈਂ ਐਕਚੁਅਲੀ ਹੁਣ ਸਵਾਲ ਤੁਹਾਡਾ ਹੈ ਕਿ ਜਿਹੜਾ ਮੇਰਾ ਸਭ ਤੋਂ ਪਹਿਲਾ ਹਿੱਟ ਹੋਇਆ ਹੈ ਕਿ ਜਾਂ ਜਿਹੜਾ ਯੂਕੇ ਚ ਸਭ ਤੋਂ ਪਹਿਲਾ ਹਿੱਟ ਹੋਇਆ ਯੂਕੇ ਚ ਹੋਇਆ ਜਿਹੜਾ ਮੈਂ ਬੜਾ ਪਲੇ ਕੀਤਾ ਬਿਲਕੁਲ ਤੁਸੀਂ ਬਹੁਤ ਪਲੇ ਕੀਤਾ ਔਰ ਬਹੁਤ ਸਾਰੇ ਲੋਕਾਂ ਨੇ ਪਲੇ ਕੀਤਾ ਉਸ ਗਾਣੇ ਨੂੰ 4-5 ਸਾਲ ਹੋ ਗਏ ਮਾਰਕੀਟ ਚ ਆਏ ਨੂੰ ਲੇਕਿਨ ਅਜ ਵੀ ਉਹ ਗਾਣਾ ਜਿਹੜਾ ਲੋਕਾਂ ਦੇ ਦਿਲਾਂ ਦੀ ਧੜਕਣ ਹੈ ਸੋ ਉਹ ਇੱਕ ਮੇਰਾ ਗਾਣਾ ਸੀਗਾ ਹੂੰ ਹਰ ਗੱਭਰੂ ਦੇ ਅੱਖ ਵਿੱਚ ਤੂੰ ਨਹੀਂ ਅੱਜ ਕੱਲ ਰੜਕੇ ਨਹੀਂ ਅੱਜ ਕੱਲ ਰੜਕੇ ਹਰ ਗੱਭਰੂ ਦੇ ਅੱਖ ਵਿੱਚ ਤੂੰ ਨਹੀਂ ਅੱਜ ਕੱਲ ਰੜਕੇ ਨਹੀਂ ਅੱਜ ਕੱਲ ਰੜਕੇ ਬੜੀ ਸੱਜ ਦੀ ਪਈ ਐ ਸੋਹਣੀ ਲੱਗਦੀ ਪਈ ਐ ਦਿਲ ਫੱਪਦੀ ਪਈ ਐ ਹਾਏ ਨਹੀਂ ਫੁੱਲਵਾਰੀ ਗੱਜ ਦੁੰਦਾ ਹੋਇਆ ਮੂੰ ਨਹੀਂ ਅੱਜ ਕੱਲ ਰੜਕੇ ਨਹੀਂ ਅੱਜ ਕੱਲ ਰੜਕੇ ਹਰ ਗੱਬਰੂ ਦੀ ਅੱਖ ਵਿੱਚ ਤੂੰ ਨਹੀਂ ਅੱਜ ਕੱਲ ਰੜਕੇ ਨਹੀਂ ਅੱਜ ਕੱਲ ਰੜਕੇ ਨਹੀਂ ਕੋਈ ਤੈਨੂੰ ਚੱਕ ਲੂਗਾ ਬਾਤ ਹੈ ਕੀ ਬਾਤ ਹੈ ਐਸੀ ਥੋੜੀ ਜੀ ਝਲਕ ਇਹਨਾਂ ਦੇ ਗੀਤਾਂ ਦੇ ਵਿੱਚੋਂ ਇੱਕ ਗੀਤ ਜਿਹੜਾ ਕਿ ਯੂਕੇ ਦੇ ਵਿੱਚ ਯੂਕੇ ਦੀ ਹਰ ਵਾਦੀਆਂ ਦੇ ਵਿੱਚ ਬੜਾ ਮਸ਼ਹੂਰ ਹੋਇਆ ਸੀਗਾ ਸੋ ਮੇਰੇ ਦਿਲ ਵਿੱਚ ਵੀ ਰੜਕ ਰਿਹਾ ਸੀ ਮੈਂ ਕਿਹਾ ਰੜਕ ਕਹਿੰਦੇ ਨੇ ਰੜਕ ਪਹਿਲਾਂ ਕੱਢ ਲੈਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਕਈ ਵਾਰੀ ਜ਼ਖਮ ਹੋ ਜਾਂਦੇ ਨੇ ਜਿਆਦਾ ਦੇਰ ਰੜਕੀ ਜਾਵੇ ਤਾਂ ਬਿਲਕੁਲ ਜੀ ਮੇਰੇ ਦਿਲ ਵਿੱਚ ਜਿਹੜੀ ਦਿਲ ਦੇ ਰੜਕਣੀ ਨਹੀਂ ਚਾਹੀਦੀ ਰੜਕਣੀ ਚਾਹੀਦੀ ਪਰ ਬਹੁਤ ਦੇਰ ਤੱਕ ਨਹੀਂ ਦੇਰ ਤੱਕ ਨਹੀਂ ਰੜਕਣੀ ਚਾਹੀਦੀ ਸੋ ਮੈਂ ਤਾਂ ਹੀ ਕਿਹਾ ਨਾ ਕਿ ਮੇਰੇ ਦਿਲ 'ਚ ਜ਼ਖਮ ਨਾ ਹੋ ਜੇ ਕਿ ਮੈਂ ਪਹਿਲਾਂ ਤੁਹਾਡੇ ਕੋਲ ਕਢਵਾਈ ਲਵਾਵਾਂ ਨਾਲੇ ਸਾਂਜਨਾ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਕਿ ਉਹਨਾਂ ਨੂੰ ਪਤਾ ਲੱਗੇ ਇਸ ਗੀਤ ਕਿਹੜੇ ਪਹਿਚਾਨ ਤੋਂ ਇਹੇ ਸਿੰਗਰ ਕਿਉਂਕਿ ਸਭ ਨੂੰ ਪਤਾ ਹੀ ਹੈ ਲੇਕਿਨ ਵੀ ਕਿਥੋਂ ਤਾਂ ਕਿ ਫਿਰ ਉਹਨਾਂ ਨੂੰ oh he's the one who sent this song दिल्क, दिल्क, you know so i think that's wonderful ਜਦੋਂ ਸਾਡੇ ਦਰਸ਼ਕ ਇਸ ਚੀਜ਼ ਨੂੰ ਦੇਖਦੇ ਆ ਵੀ ਅੱਜ ਜਗਦੀਪ ਦੇ ਕੋਲ ਕਿਹੜਾ ਕਲਾਕਾਰ ਆਏ ਹੋਏ ਨੇ so ਇਹਨਾਂ ਕਲਾਕਾਰਾਂ ਦੇ ਵਾਸਤੇ ਤੁਹਾਨੂੰ ਮੈਂ ਜਿੰਨਾ ਵੀ ਕਹਾਂਗੀ ਉਹਨਾਂ ਹੀ ਥੋੜਾ ਲੇਕਿਨ ਇਹਨਾਂ ਨੂੰ ਹੀ ਪੁੱਛਾਂਗੇ ਇੱਕ ਵਾਰ ਫਿਰ ਇਹਨਾਂ ਦਾ ਵੀ ਸਵਾਗਤ ਕਰਾਂਗੇ ਔਰ ਸਵਾਗਤ ਕਰਾਂਗੇ ਤੁਹਾਡਾ ਜੀ ਆਇਆਂ ਨੂੰ ਜੀ ਸਦਕੇ ਜੀ ਵਾਰੀ ਜਿੱਥੇ ਵੀ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਘਰਾਂ ਚ ਆਪਣੇ ਡਰਾਈਵਿੰਗ ਰੂਮ ਚ ਦੇਖ ਰਹੇ ਹੋ ਸਾਡਾ ਡਰਾਈਵਿੰਗ ਪੂਰਾ ਸਜਿਆ ਹੋਇਆ ਔਰ ਕਿਤੇ ਰੈਸਟੋਰੈਂਟ ਚ ਦੇਖ ਰਹੇ ਹੋ ਪਰੋਠੇ ਛੋਟੇ ਖਾ ਰਹੇ ਹੋ ਚਾਹ ਸ਼ਾ ਪੀ ਰਹੇ ਹੋ ਅਸੀਂ ਵੀ ਹਾਂ ਬ੍ਰੇਕ ਤੇ ਪੀਵਾਂਗੇ ਜੇ ਚਾਹ ਪੀਵਾਂਗੇ ਤਾਂ ਦੇਖਦੇ ਆ ਲੇਕਿਨ ਅਸੀਂ ਇਹਨਾਂ ਨੂੰ ਪੁੱਛਾਂਗੇ ਨਿਰਮਲ ਜੀ ਤੁਹਾਡਾ ਜਨਮ ਇਹ ਨਿਰਮਲ ਸਿੱਧੂ ਜੀ ਹੈ ਲੇਕਿਨ ਮੈਂ ਇਹਨਾਂ ਨੂੰ ਪਿਆਰ ਨਾਲ ਨਿਰਮਲ ਜੀ ਕਹਾਂਗੀ ਨਿਰਮਲ ਜੀ ਤੁਹਾਡਾ ਜਨਮ ਕਿੱਥੋਂ ਦਾ ਹੋਇਆ ਅ ਜਗਦੀਪ ਜੀ ਮੇਰਾ ਪਿੰਡ ਟੈਨ ਹੈ ਫਰੀਦਕੋਟ ਦੇ ਵਿੱਚ ਇਹ ਮੇਰਾ ਪਿੰਡ ਔਰ ਮੈਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਇਸ ਤਰੀਕੇ ਨਾਲ ਪਿਆ ਕਿ ਸਾਡੇ ਘਰ ਦੇ ਨਾਲ ਗੁਰਦੁਆਰਾ ਸਾਹਿਬ ਸੀਗੇ ਜਿੱਥੇ ਸਵੇਰ ਸ਼ਾਮ ਜਿਹੜਾ ਪਾਠ ਹੁੰਦਾ ਸੀ ਕੀਰਤਨ ਹੁੰਦਾ ਸੀਗਾ ਸੋ ਇੱਕ ਜਿਸ ਤਰ੍ਹਾਂ ਬੱਚਿਆਂ ਨੂੰ ਅ ਅੱਜਕੱਲ ਤੇ ਉਹ ਗੱਲ ਨਹੀਂ ਰਹੀ ਲੇਕਿਨ ਉਹ ਜ਼ਮਾਨਾ ਹੁੰਦਾ ਸੀਗਾ ਕਿ ਇੱਕ ਬੱਚੇ ਨੂੰ ਮਾਈਕ੍ਰੋਫੋਨ ਦੇ ਵਿੱਚ ਹੈਲੋ ਬੋਲਣ ਵਾਸਤੇ ਵੀ ਬਹੁਤ ਤਰद्दਦ ਕਰਨਾ ਪੈਂਦਾ ਸੀਗਾ ਉਹ ਮਾਈਕ੍ਰੋਫੋਨ ਤੁਹਾਡੇ ਹੱਥ 'ਚ ਆਉਣਾ ਵੀ ਬਹੁਤ ਕਰਮਾਂ ਦੀ ਗੱਲ ਹੁੰਦੀ ਸੀਗੀ ਸੋ ਮੈਂ ਮਤਲਬ ਉਸ ਲਲਕ ਦੇ ਕਾਰਨ ਹੀ ਮੈਂ ਗੁਰਦੁਆਰਾ ਸਾਹਿਬ ਜਾਂਦਾ ਸੀਗਾ ਉੱਥੇ ਬੈਠੇ ਰਹਿਣਾ ਕਿ ਕਦੇ ਵੀ ਮਤਲਬ ਪਾਜੀ ਸਾਹਿਬ ਜਦੋਂ ਉੱਠ ਕੇ ਪਰੇ ਚ ਜੀ ਕਿ ਬਾਰੇ ਸਿਰਫ ਇਹ ਗੱਲ ਕਹੀ ਹੈ ਕਹਿ ਕੇ ਆਵਾਜ਼ ਵਿੱਚ ਸੁਣਨਾ ਆਪਣੀ ਸੁਣਨਾ ਬਿਲਕੁਲ ਬਹੁਤ ਵੱਡੀ ਗੱਲ ਹੁੰਦੀ ਸੀ ਸੋ ਇਥੋਂ ਮੇਰੀ ਸ਼ੁਰੂਆਤ ਹੋਈ ਔਰ ਉਸ ਤੋਂ ਬਾਅਦ ਮੈਂ ਕਿਉਂਕਿ ਬਿਲਕੁਲ ਸਾਡਾ ਨਾਲ ਸੀ ਘਰ ਗੁਰਦੁਆਰਾ ਸਾਹਿਬ ਦੇ ਸੋ ਮੈਨੂੰ ਗੁਰਬਾਣੀ ਨਾਲ ਬਹੁਤ ਲਗਾਵ ਹੋਇਆ ਔਰ ਮੈਂ ਗੁਰਬਾਣੀ ਪੜ੍ਹਨ ਲੱਗ ਪਿਆ ਉਸ ਤੋਂ ਬਾਅਦ ਮੈਂ ਕੀਰਤਨ ਕਰਨ ਲੱਗ ਪਿਆ ਔਰ ਕਹਿ ਲਓ ਫਿਰ ਮੈਂ ਢਾਡੀ ਸਿੰਘਾਂ ਦੇ ਨਾਲ ਮੈਂ ਢਾਡੀ ਰਾਗ ਵੀ ਗਾਇਆ ਅੱਛਾ ਲੇਕਿਨ ਮਤਲਬ ਮੈਂ ਕਦੇ ਵੀ ਆਪਣੇ ਆਪ ਨੂੰ ਉਹ ਜਗ੍ਹਾ ਤੇ ਐ ਨਹੀਂ ਸਮਝਿਆ ਕਿ ਮੈਂ ਹੁਣ ਇੱਥੇ ਸੈੱਟ ਐ ਮੈਨੂੰ ਐ ਲੱਗਿਆ ਕਿ ਹਰੇ ਮੈਂ ਹੋਰ ਉੱਪਰ ਜਾ ਸਕਦਾ ਐ ਮੈਂ ਹੋਰ ਕੁਝ ਕਰਦਾ ਐ ਐਪਰ ਕਰਦਾ ਰਿਹਾ ਸੋ ਇੱਕ ਐਸੇ ਇਨਸਾਨ ਮੈਨੂੰ ਮਿਲੇ ਮਾਸਟਰ ਨਗਿੰਦਰ ਸਿੰਘ ਚਾਹਲ ਸੁਰਗਵਾਸੀ ਨੇ ਹੁਣ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਟੈਲੈਂਟ ਬਹੁਤ ਐ ਤੈਨੂੰ ਹਲੇ ਗਾਣਾ ਨਹੀਂ ਚਾਹੀਦਾ ਹਲੇ ਤੈਨੂੰ ਸਿੱਖਿਆ ਲੈਣੀ ਚਾਹੀਦੀ ਐ ਕਿ ਮੈਂ ਉਹ ਤੋਂ 5ਵੀਂ ਕਲਾਸ ਦੇ ਵਿੱਚੋਂ ਮਤਲਬ ਪਿੰਡ ਚ ਆਪੇ ਪੜਦਾ ਸੀਗਾ ਪ੍ਰਾਇਮਰੀ ਸਕੂਲ ਚ ਸੋ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਅਜੇ ਪੜ ਮੈਂ ਛੱਡ ਗਿਆ ਸੀ ਪੜਾਈ ਸੋ ਮੈਨੂੰ ਉਹ ਫਾਜ਼ਿਲਗਾ ਲੈ ਕੇ ਗਏ ਜਿੱਥੇ ਮੈਂ ਉਹਨਾਂ ਦੇ ਕੋਲ ਕਰੀਬ ਕੋਈ 10 ਸਾਲ ਰਿਹਾ ਔਰ ਜਿੱਥੇ ਜਾ ਕੇ ਮੈਂ ਕੀ ਹੈ ਨਾ ਮੈਂ ਉਸਤਾਦ ਜੀ ਦੇ ਕੀ ਨਾਮ ਸੀ ਜਿਨ੍ਹਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਲਾਇਆ ਮਸਤ ਨਗਿੰਦਰ ਸਿੰਘ ਚਾਹਲ ਅੱਛਾ ਔਰ ਉਹ ਬਹੁਤ ਟੀਚਰਸ ਸੀਗੇ ਔਰ ਉਰਦੂ ਫਾਰਸੀ ਇੰਗਲਿਸ਼ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਨੋਲੇਜ ਸੀਗੀ ਤੇ ਉਹਨਾਂ ਦਾ ਘਰ ਜਿਹੜਾ ਸੀਗਾ ਉਹ ਕਚਹਿਰੀਆਂ ਦੇ ਵਿੱਚ ਸੀਗਾ ਔਰ ਉਹ ਐਸੇ ਇਨਸਾਨ ਸੀਗੇ ਕਿ ਕਚਹਿਰੀਆਂ ਦੇ ਵਿੱਚ ਜਦੋਂ ਕਿਸੇ ਮਤਲਬ ਜੱਜ ਨੂੰ ਵੀ ਕਿਸੇ ਗੱਲ ਦੀ ਸਮਝ ਨਹੀਂ ਲੱਗਦੀ ਸੀਗੀ ਤਾਂ ਉਹ ਸ਼ਾਮ ਨੂੰ ਉਹਨਾਂ ਦੇ ਕੋਲ ਮੁੜ ਕੇ ਆਉਂਦੇ ਸੀ ਆ ਕੇ ਉਹ ਪੌਗਾ ਵਾਲੇ ਬਾਬੇ ਵਜਦੇ ਸੀਗੇ ਉਹ ਕਹਿੰਦੇ ਸੀਗੇ ਕਿ ਕੋਈ ਵੀ ਸਵਾਲ ਪੁੱਛਣਾ ਇੱਕ ਪੌਗਾ दारू ਦਾ ਮੈਨੂੰ ਦਿਓ ਫੱਕਾ ਟਾਈਪ ਹੁੰਦੇ ਸੀਗੇ ਤਾਂ ਮਤਲਬ ਮੈਂ ਜੱਜ ਵਕੀਲ ਉਹਦੇ ਕੋਲੇ ਆ ਕੇ ਪੁੱਛਦੇ ਸੀ ਕਿ ਇਸ ਚੀਜ਼ ਦਾ ਮਤਲਬ ਕੀ ਹੈ ਇਹਨੇ ਕੀ ਆਤਾ ਸੀ ਸੋ ਉਹਨਾਂ ਨੇ ਮੈਨੂੰ ਫਿਰ ਮੇਰੇ ਜਿਹੜੇ ਸੰਗੀਤ ਦੇ ਗੁਰੂ ਹੈ ਪ੍ਰੋਫੈਸਰ ਕ੍ਰਿਸ਼ਨ ਸ਼ਾਮ ਜੀ ਉਹਨਾਂ ਦੇ ਕੋਲ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਹੈ ਸੰਗੀਤ ਉੱਤੇ ਉਹਨਾਂ ਦੇ ਕੋਲ ਮੈਨੂੰ ਛੱਡਿਆ ਔਰ ਉਹਨਾਂ ਦੇ ਕੋਲ ਮੈਂ ਤਕਰੀਬਨ 6 ਸਾਲ ਰਹਿ ਕਿ ਮੈਂ 뮤직 ਦੀ ਡਿਗਰੀ ਕੀਤੀ ਔਰ ਉਸ ਤੋਂ ਬਾਅਦ ਬੜਾ ਲੰਮਾ ਸਫਰ ਹੈ ਕਿਉਂਕਿ ਮੇਰੇ ਗੁਰੂ ਜੀ ਜਿਹੜੇ ਉਹ ਚਾਹੁੰਦੇ ਸੀਗੇ ਉਹ ਟੀਚਰ ਸੀ ਉਹ ਚਾਹੁੰਦੇ ਸੀ ਮੈਂ ਟੀਚਰ ਬਣਾ ਕੋਈ ਕਹਿੰਦੇ ਸੀ ਗਾਉਣਾ ਕੋਈ ਕੀਤਾ ਨਹੀਂ ਹੈ ਤੂੰ ਤੂੰ ਟੀਚਰ ਬਣ ਕਿਉਂਕਿ ਰਿਸਪੈਕਟ ਹੈ ਟੀਚਰ ਦੀ ਇੱਕ ਵਾਰ ਵੀ ਕੋਈ ਨਿਰਮਲ ਜੀ ਪੁੱਛਦੇ ਕਿ ਕੰਮ ਕਰਦੇ ਆ ਜੇ ਤੁਸੀਂ ਉਹਨਾਂ ਨੂੰ ਗਾਣਾ ਹੀ ਸਿੰਗਿੰਗ ਕਰਦੇ ਉਹ ਕਹਿੰਦੇ ਹੋਰ ਹੋਰ ਕੀ ਕੰਮ ਕਰਦੇ ਕੰਮ ਕੀ ਕਰਦੇ ਬਿਲਕੁਲ ਕਿਉਂਕਿ ਲੋਕਾਂ ਨੂੰ ਐ ਲੱਗਦਾ ਵੀ ਇਹ ਇਹ ਵਿਲੇਡਾ ਦਾ ਕੰਮ ਹੈ ਵੀ ਵਿਲੇਜ ਬੰਦੇ ਭਗਤੀ ਕਰਨੀ ਜਿੰਨੀ ਮੁਸ਼ਕਲ ਭਗਤੀ ਦੀ ਕੋਈ ਮਿਆਦ ਨਹੀਂ ਹੁੰਦੀ ਭਗਤੀ ਦਾ ਕੋਈ ਪੀਰੀਅਡ ਨਹੀਂ ਹੁੰਦਾ ਕਿ ਮੈਂ 5 ਸਾਲਾਂ ਦੇ ਵਿੱਚ ਸੰਤ ਬਣ ਜਾਊਗਾ ਉਹਦੇ ਲਈ ਇੱਕ ਸਾਰੀ ਉਮਰ ਵੀ ਲੱਗ ਸਕਦੀ ਹੈ ਇੱਕ ਜਨਵੀਂ ਥੋੜਾ 10 ਜਨਵੀਂ ਥੋੜੇ ਸੋ ਇੱਕ ਗਾਇਕ ਬਣਨ ਵਾਸਤੇ ਸੰਗੀਤਕਾਰ ਬਣਨ ਵਾਸਤੇ ਕੋਈ ਇੱਕ ਪੀਰੀਅਡ ਨਹੀਂ ਹੁੰਦਾ ਜਸਟ ਇੱਕ ਡਾਕੂਮੈਂਟ ਵੀ ਸਾਡੀ ਲਾਈਫ ਚ ਜ਼ਰੂਰੀ ਹੁੰਦੀ ਹੈ ਕਿਉਂਕਿ ਉਹ ਅਸੀਂ ਮੰਨਤਾ ਦਿੱਤੀ ਹੈ ਕਿ ਜੇ ਅਸੀਂ ਡਿਗਰੀ ਕੀਤੀ ਹੈ ਤਾਂ ਉਹਦੀ ਵੈਲਿਊ ਇਹ ਹੈਗੀ ਹੈ ਜੇ ਅਸੀਂ ਪੀ ਐਚ ਡੀ ਕੀਤੀ ਹੈ ਉਹਦੀ ਵੈਲਿਊ ਹੈ ਸੋ ਕਰਨੀ ਪੈਂਦੀ ਹੈ ਸੋ ਉਸ ਤੋਂ ਬਾਅਦ ਫਿਰ ਮੈਂ ਕਾਫੀ ਧੀਰ ਸਕੂਲਾਂ ਕਾਲਜਾਂ ਦੇ ਵਿੱਚ ਅਜੇ 뮤직 ਟੀਚਰ ਹਾਂ ਜੀ ਵੋਕ ਕਿਹੜਾ ਵੋਕਲ 뮤זיਕ ਕੀਤਾ ਕਿ ਇਨਸਟਰੂਮੈਂਟਲ ਮੈਂ ਐਮਏ ਤੱਕ ਮੈਂ ਵੋਕਲ ਕੀਤਾ ਹੈ ਔਰ ਉਸ ਤੋਂ ਬਾਅਦ ਬੀਏ ਤੱਕ ਮੈਂ ਤਬਲੇ ਦੇ ਵਿੱਚ ਵੀ ਕੀਤੀ ਸੀਗੀ ਔਰ ਤਬਲਾ ਵੀ ਨਾਲ ਸਿਖਾਦਾ ਸੀ ਇਨਸਟਰੂਮੈਂਟ ਦੇ ਵਿੱਚ ਹਾਂ ਜੀ ਔਰ ਉਸ ਤੋਂ ਬਾਅਦ ਫਿਰ ਮੇਰੇ ਕੋਲ ਇੱਕ ਮੇਰਾ ਸਟੂਡੈਂਟ ਆਉਂਦਾ ਸੀਗਾ ਤਲਵੰਡੀ ਪਾਈ ਦੇ ਵਿੱਚ ਮੈਂ ਸਕੂਲ ਕਾਲਜ ਪੜਾਉਂਦਾ ਸੀਗਾ ਤੇ ਉਹ ਮੈਨੂੰ ਕਹਿਣ ਲੱਗਾ ਵੀ ਮਾਸਟਰ ਜੀ ਤੁਹਾਡੀ ਆਵਾਜ਼ ਬਹੁਤ ਅੱਛੀ ਹੈ ਔਰ ਮੈਂ ਚਾਹਣਾ ਵੀ ਤੁਸੀਂ ਮਾਸਟਰ ਵਾਲਾ ਕੰਮ ਛੱਡੋ ਤੁਸੀਂ ਸਿੰਗਰਾਂ ਦੇ ਨਾਲ ਜਾਓ ਮੈਂ ਕਿਹਾ ਮੇਰਾ ਪੰਜਾਬੀ ਕਿੰਨੇ ਕਿਹਾ ਹੈ ਇਸ ਨਾਲ ਕਿ ਮੇਰਾ ਸਟੂਡੈਂਟ ਸੀਗਾ ਯੈਸ ਮੇਰਾ ਸਟੂਡੈਂਟ ਸੀਗਾ ਉਹ ਖੁਦ ਸਿੰਗਰ ਸੀਗਾ ਲੇਕਿਨ ਉਹ ਪੰਜਾਬੀ ਜਦੋਂ ਤੂੰ ਵੀ ਤੇ ਗਾਉਣ ਵਾਲਾ ਸਿੰਗਰ ਸੀ ਉਹ ਕਹਿੰਦਾ ਸੀ ਮੈਂ ਥੋੜਾ ਕਲਾਸਿਕਲ ਸਿੱਖਣਾ ਹੈ ਇਸ ਲਈ ਮੇਰੇ ਕੋਲੋਂ ਸਿੱਖਦਾ ਸੀਗਾ ਬਟ ਉਹ ਕਹਿੰਦਾ ਸੀਗਾ ਕਿ ਤੁਹਾਡੇ 'ਚ ਬਹੁਤ ਟੈਲੈਂਟ ਮੈਨੂੰ ਨਜ਼ਰ ਆ ਰਿਹਾ ਹੈ ਵੀ ਤੁਸੀਂ ਇਹ ਇਹ ਕੰਮ ਛੱਡੋ ਮਾਸਟਰ ਵਾਲਾ ਕ ਜੱਟ ਜੀ ਲੁਧਿਆਣਾ ਦੇ ਵਿੱਚ ਔਰ ਮੇਰੀ ਮੁਲਾਕਾਤ ਉਹਨਾਂ ਨੇ ਜਮਲਾ ਜੀ ਨਾਲ ਕਰਾਈ ਔਰ ਜਮਲਾ ਜੀ ਨੇ ਜਦੋਂ ਮੈਨੂੰ ਸੁਣਿਆ ਤੇ ਉਹ ਮੈਨੂੰ ਕਹਿਣ ਲੱਗੇ ਕਿ ਠੀਕ ਹੈ ਤੂੰ ਮੇਰੇ ਕੋਲੇ ਰਹਿਣਾ ਤੇ ਮੇਰੇ ਕੋਲੇ ਰਹਿ ਮੈਂ ਤੈਨੂੰ ਰੋਟੀ ਵੀ ਦੇਵਾਂਗਾ ਔਰ ਤੂੰ ਮੇਰੇ ਨਾਲ ਪ੍ਰੋਗਰਾਮ ਤੇ ਵੀ ਜਾਇਆ ਕਰੀ ਤੇ ਉਹਦੇ ਬਦਲੇ ਵਿੱਚ ਮੇਰੇ ਜਿਹੜੇ ਬੱਚੇ ਹੈ ਇਹਨਾਂ ਨੂੰ ਤੂੰ ਕਲਾਸਿਕਲ ਰਾਗ ਜਿਹੜੇ ਆ ਉਹ ਸਿਖਾਰ ਨੋਟੇਸ਼ਨ ਸਿਖਾਰਾ ਗਾ ਰਹੀ ਸਰਗਮਾਂ ਤਾਨਾ ਅਲਾਪ ਮੁਰਕੀਆਂ ਮੈਂ ਕੀ ਕਹਿੰਦਾ ਵੋਕਲ 뮤ਜ਼ਿਕ ਹਾਂ ਮਤਲਬ ਬਿਲਕੁਲ ਸੋ ਮੈਂ ਫਿਰ ਜਮਲਾ ਜੀ ਦੇ ਕੋਲ ਅੱਛਾ ਜਮਲਾ ਜੱਟ ਜੀ ਨਾਲ ਮੈਂ ਥੋੜੀ ਵਿੱਚ ਗੱਲ ਕਰ ਰਹੀ ਆ ਜਮਲਾ ਜੱਟ ਜੀ ਦਾ ਤੁਹਾਨੂੰ ਗੀਤ ਕਿਹੜਾ ਦਿਲ ਨੂੰ ਇੰਨਾ ਪਾਇਆ ਕਿ ਤੁਸੀਂ ਕਹਾਂ ਕਿ ਮੈਂ ਇਹਨਾਂ ਕੋਲੇ ਰਮਾ ਉਹ ਉਹ ਗੀਤ ਕੁਝ ਗੁੰਗੁਣਾ ਕੇ ਸ ਦੇਖੋ ਐਸਾ ਹੈ ਕਿ ਜਮਲਾ ਜੀ ਦੇ ਜਿੰਨੇ ਗੀਤ ਹੈ ਉਹ ਅੱਜ ਤਾਂ ਸਾਰੇ ਹੀ ਲੋਕ ਲੋਕ ਗੀਤ ਬਣੇ ਹਨਾ ਹਾਂਜੀ ਬਿਲਕੁਲ ਬਿਲਕੁਲ ਜਮਲਾ ਜੀ ਨੇ ਰਾਗਾ ਤੇ ਨਹੀਂ ਗਾਇਆ ਲੇਕਿਨ ਜਮਲਾ ਜੀ ਨੇ ਲੋਕਾਂ ਦੇ ਦਿਲਾਂ ਦੀ ਤਰਜਮਾਨੀ ਕੀਤੀ ਹੈ ਲੋਕਾਂ ਦੇ ਗੀਤ ਗਾਏ ਹੈ ਔਰ ਉਸ ਵਕਤ ਜਿਹੜੇ ਜਮਲਾ ਜੀ ਨੇ ਗੀਤ ਗਾਏ ਅੱਜ ਉਹ ਗੀਤ ਸਾਰੇ ਲੋਕ ਗੀਤ ਬਣ ਗਏ ਆ ਉਹ ਲੋਕ ਕਲਾਸਾਂ ਦੇ ਵਿੱਚ ਗੀਤ ਲੱਗੇ ਆ ਸੋ ਮੈਂ ਮਤਲਬ ਗਾਣੇ ਜਮਲਾ ਜੀ ਦਾ ਜਿੱਥੋਂ ਮਰਜ਼ੀ ਸ਼ੁਰੂ ਕਰ ਲਾ ਤੇਰੇ ਨਹੀਂ ਕਰਾ ਰਾ ਮੈਨੂੰ ਪੱਟਿਆ ਕਿਆ ਬਾਤ ਹੈ ਤੇਰੇ ਨਹੀਂ ਕਰਾਰ ਮੈਨੂੰ ਪੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨਹੀਂ ਕਰਾਰ ਮੈਨੂੰ ਪੱਟਿਆ ਓ ਓ ਗੱਲ ਕਰ ਲੋਕੀ ਗੌਣਨੀ ਕਹਾਣੀਆਂ ਬਹੁਤ ਅੱਛੇ ਓ ਗੱਲ ਕਰ ਲੋਕੀ ਗੌਣਨੀ ਕਹਾਣੀਆਂ ਸ਼ਮਕਾ ਨਾ ਮਾਰ ਮੈਥੋਂ ਸਈਆਂ ਨਹੀਂ ਹੋ ਜਾਣੀਆਂ ਨੀ ਮੈਨੂੰ ਤੇਰੀ ਜਦਾਈ ਕਰ ਛੱਡਿਆ ਛਦਾਈ ਨਾਲ ਯਮਲਾ ਬਣਾ ਕੇ ਪਰ ਸਟਿਆ ਮੈਂ ਕੀ ਪਿਆਰ ਵਿੱਚੋਂ ਖਟਿਆ ਨੀ ਦੱਸ ਮੈਂ ਕੀ ਪਿਆਰ ਵਿੱਚੋਂ ਖਟਿਆ ਵਾਓ ਵਾਓ ਸੋ ਜਬਲਾ ਜੀ ਤੇ ਇੱਕ ਬਹੁਤ ਹੀ ਉਹਨਾਂ ਨੂੰ ਅਸੀਂ ਸਹੀ ਗਾਇਕ ਕਹਿ ਸਕਦੇ ਹਾਂ ਬਿਲਕੁਲ ਅੱਜ ਅਸੀਂ ਲੋਕ ਸ਼ਾਇਦ ਮੈਂ ਆਪਣੇ ਆਪ ਨੂੰ ਵੀ ਕਹਿ ਸਕਦਾ ਅਸੀਂ ਗਾਇਕ ਨਹੀਂ ਹੈ ਅਸੀਂ ਬਿਜ਼ਨਸਮੈਨ ਹੈ ਉਹ ਗਾਇਕ ਅਸੀਂ ਕਮਰਸ਼ਲ ਸਿੰਗਰ ਹੈ ਸਾਡੀ ਟੇਪ ਜਿਹੜੀ ਨਿਕਲਦੀ ਆ ਉਹਦੇ ਤੇ 1000 ਮਤ ਪਤਾ ਨਹੀਂ ਕਿੰਨੇ ਪੌਣ ਲੱਗਦੇ ਹੁੰਦੇ ਸੀ ਹਨ ਲੇਕਿਨ ਉਹ ਉਹਨਾਂ ਲੋਕਾਂ ਨੇ ਟੇਪਾਂ ਦੇ ਪੈਸੇ ਨਹੀਂ ਲਾਏ ਉਹਨਾਂ ਦੀ ਟੇਪਾਂ ਦੀ ਵੀਡੀਓ ਨਹੀਂ ਬਣੇ ਉਹਨਾਂ ਦੇ ਗਾਣੇ ਦੀ ਵੀਡੀਓ ਨਹੀਂ ਬਣੀ ਉਸ ਦੇ ਬਾਵਜੂਦ ਵੀ ਦਿਲ ਦੀ ਧੜਕਣਾ ਸੀ ਉਹਨਾਂ ਦਾ ਪੈਸ਼ਨ ਸੀ ਉਹਨਾਂ ਦਾ ਸਬੰਧ ਬਲੱਡ ਨਾਲ ਸੀਗਾ ਬਿਲਕੁਲ ਬਲੱਡ ਜਿਸ ਤਰ੍ਹਾਂ ਇੰਜੈਕਸ਼ਨ ਅਸੀਂ ਬਲੱਡ ਨਾਲ ਬਲੱਡ ਦੇ ਵਿੱਚ ਲਾਉਨੇ ਆਂ ਔਰ ਨਾਲ ਦੀ ਨਾਲ ਅਸਰ ਹੁੰਦਾ ਔਰ ਨਿਰਮਲ ਜੀ ਅੱਜ ਕੱਲ ਵੀ ਕਈ ਸਿੰਗਰਸ ਕੈਨ ਥੇ ਕਿ ਸਾਡਾ ਪੈਸ਼ਨ ਹੈ ਸਾਡੇ ਦਿਲ ਦੀ ਇੱਛਾ ਹੈ ਲੇਕਿਨ ਸਟਿਲ ਫਾਰ ਕਮਰਸ਼ੀਅਲ ਸਾਈਡ ਦੇ ਆਰ ਡੂਇੰਗ ਇਟ ਕਿ ਨਹੀਂ ਉਹ ਜ਼ਮਾਨਾ ਦੇਖੋ ਜੀ ਜਗਦੀਪ ਜੀ ਮੈਂ ਇਹ ਚੀਜ਼ ਨੂੰ ਆਪਾਂ ਝੁਟਲਾ ਨਹੀਂ ਸਕਦੇ ਅਗਰ ਅੱਜ ਕੋਈ ਵੀ ਆਰਟਿਸਟ ਕਵੇ ਕਿ ਮੈਂ ਗਾਣਾ ਗਾ ਦਿੱਤਾ ਹੈ ਔਰ ਉਸ ਤੋਂ ਬਾਅਦ ਠੀਕ ਹੈ ਉਹਦੀ ਕੋਈ ਵੀਡੀਓ ਬਣਾਉਣ ਦੀ ਜ਼ਰੂਰਤ ਨਹੀਂ ਹੈ ਉਹਦੀ ਉਹਨੂੰ ਰਿਲੀਜ਼ ਕਰਨ ਦੀ ਜ਼ਰੂਰਤ ਨਹੀਂ ਹੈ ਚੱਲਣਾ ਹੀ ਨਹੀਂ ਹਾਂ ਬਿਲਕੁਲ ਦੁਨੀਆ ਡਿਜੀਟਲ ਹੋ ਗਈ ਸਾਰੀ ਸੋ ਡਿਜੀਟਲ ਤਰੀਕੇ ਨਾਲ ਲੋਕਾਂ ਤੱਕ ਸਾਨੂੰ ਪਹੁੰਚਣਾ ਪਏਗਾ ਅੱਜ ਇੱਕ ਟਾਈਮ ਹੁੰਦਾ ਸੀ ਹਾਰਡ ਕਾਪੀ ਰਿਲੀਜ਼ ਹੁੰਦੀ ਸੀ ਤਵਾ ਹੁੰਦਾ ਸੀਗਾ ਉਸ ਤੋਂ ਬਾਅਦ ਫਿਰ ਕੈਸਟ ਹੋਣ ਲੱਗੀ ਫਿਰ ਸੀਡੀ ਹੋਣ ਲੱਗੀ ਡੀਵੀਡੀ ਹੋਣ ਲੱਗੀ ਐਮਪੀ3 ਹੋਣ ਲੱਗੀ ਯੂਐਸਬੀ ਹੋਣ ਲੱਗੀ ਅੱਜ ਕੁਝ ਵੀ ਨਹੀਂ ਰਿਹਾ ਅੱਜ ਦੇਖੋ ਤੁਸੀਂ ਅੱਜ ਸਿਰਫ ਇੱਕ ਇੱਕ ਇੰਟਰਨੈਟ ਦੇ ਉੱਤੇ YouTube ਦੇ ਉੱਤੇ Facebook ਦੇ ਉੱਤੇ ਹੋਰ ਬੜੀਆਂ ਸਾਈਟਾਂ ਜਿੱਦੇ ਤੇ ਇੱਕ ਵਾਰੀ ਗਾਣਾ ਪਾ ਦੋ ਹਾਂਜੀ ਪੂਰੀ ਦੁਨੀਆ ਦੇ ਵਿੱਚ ਸਵੇਰ ਨੂੰ ਗਾਣਾ ਹੁੰਦਾ ਹੈ ਹਾਂ ਬਿਲਕੁਲ ਸੋ ਇਹ ਚੀਜ਼ਾਂ ਜਿਹੜੀਆਂ ਇਹਦੇ ਮੁਤਾਬਕ ਸਾਨੂੰ ਬਦਲਣਾ ਪਏਗਾ ਲੇਕਿਨ ਫਿਰ ਵੀ ਕਿਉਂਕਿ ਗਾਣਾ ਜਿਹੜਾ ਉਹਦਾ ਸਬੰਧ ਸੰਗੀਤ ਨਾਲ ਹੈ ਸੋ ਮੈਂ ਸਮਝਦਾ ਕਿ ਹੱਲੇ ਵੀ ਬੜੇ ਐਸੀ ਗਾਇਕਾ ਹੈ ਜਾਂ ਮੈਂ ਆਪਣੇ ਬਾਰੇ ਵੀ ਗੱਲ ਕਰ ਸਕਦਾ ਕਿ ਮੇਰੇ ਵੀ ਕੁਝ ਗਾਣੇ ਆ ਜਿਨ੍ਹਾਂ ਗਾਣੇ ਦੇ ਵੀਡੀਓ ਨਹੀਂ ਬਣੇ ਬਿਲਕੁਲ ਪੁਰਾਣੇ ਗੀਤ ਹਨ ਜਿਸ ਤਰ੍ਹਾਂ ਆਪਾਂ ਹਰ ਗੱਭਰੂ ਦੀ ਅੱਖ ਵਿੱਚ ਤੂੰ ਰੜ ਕੇ ਇਸ ਗਾਣੇ ਦਾ ਵੀਡੀਓ ਨਹੀਂ ਬਣਿਆ ਸਿਰਫ 30 30 ਸਕੰਡ ਦਾ ਇੱਕ ਕਲਿੱਪ ਬਣਿਆ ਸੀਗਾ ਸਿਰਫ 30 ਸਕੰਡ ਤੱਕ ਪ੍ਰੋਮੋ ਬਣਿਆ ਸੀਗਾ ਉਹਨੂੰ ਵੀਡੀਓ ਨਹੀਂ ਕਹਿ ਸਕਦੇ ਔਰ ਉਹ ਪ੍ਰੋਮੋ ਜਸਟ ਲੁੱਕ ਆਨ ਦਾ ਸੈਕ ਹੈ ਗਾਣਾ ਹੈਗਾ ਲੇਕਿਨ ਉਹਦਾ ਵੀਡੀਓ ਨਹੀਂ ਹੈਗਾ ਜਿੱਥੇ ਜਾਣ ਪੰਜਾਬੀ ਵੱਖਰੀ ਟੌਰ ਬਣਾ ਲੈਂਦੀ ਉਸ ਗਾਣੇ ਦਾ ਵੀਡੀਓ ਨਹੀਂ ਹੈਗਾ ਸੋ ਹੋਰ ਬੜੇ ਆਰਟਿਸਟ ਆ ਜਿਨ੍ਹਾਂ ਦੇ ਗਾਣਿਆਂ ਦੇ ਵੀਡੀਓ ਨਹੀਂ ਬਣੇ ਬਟ ਗਾਣੇ ਲੋਕਾਂ ਦੇ ਦਿਲ ਦੇ ਵਿੱਚ ਅਜੇ ਵੀ ਰਾਜ ਕਰ ਰਹੇ ਆ ਕਾਰਨ ਇਹ ਕਿ ਇਹ ਗਾਣੇ ਜਿਹੜੇ ਆ ਇਹ ਟੱਚਿੰਗ ਗਾਣੇ ਆ ਲੋਕਾਂ ਦੀ ਜਦੋਂ ਅਸੀਂ ਗੱਲਾਂ ਦੀ ਤਰਜਮਾਨੀ ਕਰਦੇ ਆ ਨਾ ਗੀਤਾਂ ਵਿੱਚ ਗੱਲਾਂ ਤੇ ਗੀਤਾਂ 'ਚ ਕੀ ਫਰਕ ਹੈ ਕੁਝ ਵੀ ਨਹੀਂ ਹੈ ਗੱਲਾਂ ਅਸੀਂ ਘੰਟਾ ਗੱਲ ਜੋ ਗੱਲ ਕਰ ਰਹੇ ਹਾਂ ਗੱਲਾਂ ਕਰਦੇ ਆ ਇਹਨਾਂ ਦੇ ਵਿੱਚੋਂ ਇੱਕ ਚੁੱਕ ਕੇ ਮੈਂ ਗੀਤ ਬਣਾ ਦੂੰਗਾ ਰਿਜ਼ਲਟ ਸਾਰਾ ਉਸ ਗੱਲਾਂ ਦਾ ਘੰਟੇ ਦੀ ਗੱਲਾਂ ਦਾ ਕੁਝ ਸ਼ਬਦਾਂ 'ਚ ਆ ਗਿਆ ਉਹ ਗੀਤ ਹੋ ਗਿਆ ਸ਼ਾਰਟਕਟ ਸੋ ਜਦੋਂ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਲੋਕਾਂ ਦੇ ਦਿਲਾਂ ਦੀ ਤਰਜਮਾਨੀ ਕਰਦੇ ਹਾਂ ਉਹ ਗੀਤ ਬਣ ਜਾਂਦੇ ਆ ਔਰ ਉਹ ਗੀਤ ਜਿਹੜੇ ਸੁਪਰ ਹਿੱਟ ਹੁੰਦੇ ਆ ਤੇ ਜਦੋਂ ਅਸੀਂ ਵੈਸੇ ਹੀ ਬੀਟ ਨੂੰ ਪ੍ਰਧਾਨ ਰੱਖਦੇ ਆ ਠਿਕ ਠੱਕ ਠਿਕ ਠਿਕ ਉਹ ਬੀਟ ਹੈ ਲਿਰਿਕਸ ਨਹੀਂ ਆ ਉਹਦੇ ਜੋ ਮਗਰ ਜੋ ਮਰਜੀ ਪੜ ਦੋ ਜਿਸ ਤਰ੍ਹਾਂ ਅੱਜਕੱਲ ਬੱਚੇ ਡੀਜੇ ਜਿਹ ਕਿ ਮੈਂ ਕੀ ਬੋਲ ਰਿਹਾ ਕਿ ਬੋਲ ਰਿਹਾ ਜੋਨਨ ਤੁਸੀਂ ਪੁੱਛ ਲੋ ਕਿ ਤੂੰ ਕੀ ਕਿਹਾ ਉਹ ਕਹਿੰਦਾ ਮੈਨੂੰ ਪਤਾ ਨਹੀਂ ਕੀ ਆ ਉਹ ਮੈਨੂੰ ਮੈਨੂੰ ਪੁੱਛਦੇ ਬਹੁਤ ਸਾਰੇ ਵੀ ਇਹ ਕੀ ਕਿਹਾ ਮੈਂ ਤੇ ਜਦੋਂ ਇਦਾਂ ਦੇ ਗੀਤ ਹੋਣਗੇ ਜਿਹੜੇ ਗਾਉਣ ਵਾਲੇ ਨੂੰ ਇਹ ਨਹੀਂ ਪਤਾ ਮੈਂ ਕੀ ਕਹਿ ਰਿਹਾ ਤੇ ਸੁਣਨ ਵਾਲੇ ਨੂੰ ਕੀ ਪਤਾ ਲੱਗਣਾ ਅੱਗੇ ਅੱਗੇ ਇਹ ਚੀਜ਼ ਆ ਰਹੀ ਹੈ ਸੋ ਇਹ ਜਦੋਂ ਚੀਜ਼ ਆ ਰਹੀਆਂ ਲੇਕਿਨ ਇਹ ਜ਼ਮਾਨਾ ਹੈ ਇਸ ਚ ਕਿੰਨਾ ਚੀਜ਼ ਆਦਾ ਡਾਂਸ ਕਰਦੇ ਸਾਡੇ ਯੰਗਸਟਰਸ ਵੀ ਲੇਕਿਨ ਉਹਨਾਂ ਨੂੰ ਮੀਨਿੰਗ ਨਹੀਂ ਪਤਾ ਹੁੰਦਾ ਲੇਕਿਨ ਆਪਾਂ ਉਸ ਗੱਲ ਵੱਲ ਤਾਂ ਹੀ ਲੈ ਕੇ ਜਾ ਰਹੇ ਹਾਂ ਬੱਚਿਆਂ ਨੂੰ ਕਿ ਹਰ ਇੱਕ ਤਰ੍ਹਾਂ ਦੀ ਪੋਇਟਰੀ ਹੋਣੀ ਚਾਹੀਦੀ ਹੈ ਗੀਤ ਦੇ ਵਿੱਚ मीनिंगफुल ਹੋਣਾ ਚਾਹੀਦਾ ਹੈ ਗੀਤ ਉਹਦੇ ਵਿੱਚ ਕੋਈ ਮੈਸੇਜ ਹੋਣਾ ਚਾਹੀਦਾ ਹੈ ਗੀਤ ਦੇ ਵਿੱਚ ਮੈਂ ਤੁਹਾਡੇ ਗੀਤਾਂ 'ਚ ਦੇਖਿਆ ਹਮੇਸ਼ਾ ਮੈਸੇਜ ਹੁੰਦਾ ਹੈ ਕੋਈ ਪੈਗਾਮ ਹੁੰਦਾ ਹੈ ਔਰ ਉਹ ਸੇ ਐਸੇ ਸੁਰਾਂ 'ਚ ਤੁਸੀਂ ਗਾਣੇ ਹੋ ਜਿਹੜੇ ਤੁਹਾਡੇ ਜੋਸ਼ੀਲੇ ਗੀਤ ਹੈ ਜਿਹੜੇ ਤੁਹਾਡੇ ਉਹ ਤੁਸੀਂ ਬੜੇ ਜੋਸ਼ ਨਾਲ ਗਾਏ ਹੈ ਜਿਹੜੇ ਪਿਆਰ ਦੇ ਗੀਤ ਹੈ ਬੜੇ ਪਿਆਰ ਨਾਲ ਗਾਏ ਹੈ ਆਪਾਂ ਕਿਉਂ ਨਾ ਇੱਕ ਛੋਟਾ ਜਿਹਾ ਗੀਤ ਥੋੜਾ ਦੇਖੀ ਨਾਲੇ ਦਰਸ਼ਕਾਂ ਨੂੰ ਦਿਖਾਈਏ ਨਹੀਂ ਜੀਨਾ ਸੋਣੀਏ ਨਹੀਂ ਜੀਣਾ ਤੇਰੇ ਬਿਨਾ ਨਹੀਂ ਜੀਣਾ ਇੱਕ ਲਾਈਨ ਉਹਦੀ ਸੁਣਾ ਫਿਰ ਅਸੀਂ ਕਲਿੱਪ ਉਹਦਾ ਦਿਖਾਵਾਂਗੇ ਨਹੀਂ ਮੇਰੀ ਬਾਹਾਂ ਵਿੱਚ ਆ ਜਾ ਨਹੀਂ ਮੇਰੇ ਦਿਲ ਵਿੱਚ ਸਮਾ ਜਾ ਮੇਰੀ ਬਾਹਾਂ ਵਿੱਚ ਆ ਜਾ ਮੇਰੇ ਦਿਲ ਵਿੱਚ ਸਮਾ ਜਾ ਦਿਲ ਤੇਰੇ ਬਿਨਾ ਲੱਗਦਾ ਕਹੀਂ ਨਾ ਸੋਣੀਏ ਨਹੀਂ ਜੀਣਾ ਤੇਰੇ ਬਿਨਾ ਨਹੀਂ ਜੀਣਾ ਸੋਣੀਏ ਨਹੀਂ ਜੀਣਾ तेरे बिना न जीना ਸੋਣੀਏ ਨਹੀਂ ਜੀਣਾ ਮੈਂ ਤੇਰੇ ਬਿਨਾ ਨਹੀਂ ਜੀਣਾ ਮੈਂ ਕਿਹਾ ਸੀ ਨਾ ਤੁਹਾਨੂੰ ਇਹ ਮੈਨੂੰ ਨਹੀਂ ਕਹਿ ਰਹੇ ਸੀ ਇਹ ਲੇਕਿਨ ਇਹਨਾਂ ਦੇ ਗੀਤਾਂ ਦੇ ਇਹ ਬੋਲ ਕਹਿ ਰਹੇ ਸੀ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਹੋ ਰਹੀ ਸੀ ਤੁਸੀਂ ਇਹ ਵੀਡੀਓ ਹੁਣੇ ਦੇਖੀ ਇਸ ਤੇ ਕਲਿੱਪ ਦੇਖੇ ਇਹ ਗੀਤ ਕਿਨੇ ਲਿਖਿਆ ਨਿਰਮਲ ਜੀ ਇੱਕ ਕਸ਼ਮੀਰ ਸ਼ੀਰ ਮੇਰੇ ਦੋਸਤੀ ਨੇ ਜਰਮਨ ਬ੍ਰਿਮਨ ਰਹਿੰਦੇ ਨੇ ਸੋ ਮੇਰੇ ਇਸ ਤੋਂ ਪਹਿਲਾਂ ਜਿੰਨੇ ਵੀ ਗਾਣੇ ਆਏ ਸੀਗੇ ਸਾਰੇ ਉਹ ਸੀਗੇ ਕਿ ਸ਼ੇਰ ਪੰਜਾਬੀ ਪੋਤਾ ਇੱਕ ਤਾਨਕੇ ਤੁਰੀਏ ਅਸਲ ਪਛਾਣ ਪੰਜਾਬੀ ਦੀ ਗੱਲ ਪਾਇਆ ਖੰਡਾ ਸੋ ਕਾਫੀ ਸਾਰੇ ਲੋਕ ਮੈਨੂੰ ਕਹ ਰਹੇ ਸੀ ਔਰ ਮੇਰਾ ਇੱਕ ਅਜੀਜ਼ ਵੀ ਹੈ ਗੁਰਜਿੰਦਰ ਸੋ ਉਹ ਵੀ ਮੈਨੂੰ ਕਹਿਣ ਲੱਗਾ ਕਿ ਤੁਸੀਂ ਥੋੜਾ ਸਟਾਈਲ ਚੇਂਜ ਕਰੋ ਮਤਲਬ ਇਥੇ ਯੂਕੇ ਦੇ ਵਿੱਚ ਵੀ ਰੋਮਾਂਟਿਕ ਟਾਈਪ ਗਾਣੇ ਜਿਹੜੇ ਲੋਕ ਬਹੁਤ ਲਾਈਕ ਕਰਦੇ ਆ ਸੋ ਮੇਰਾ ਫਰਸਟ ਇਸ ਤਰ੍ਹਾਂ ਦਾ ਗਾਣਾ ਸੀ ਰੋਮਾਂਟਿਕ ਸੌਂਗਸ ਜਿਗਾ ਸੋ ਇਹ ਗਾਣਾ ਸ਼ੀਰਾਪਾ ਜੀ ਨੇ ਫਿਰ ਮਾਇਆ ਉਹਨਾਂ ਨੇ ਗਾਣਾ ਲਿਖਿਆ ਜਦੋਂ ਮੈਨੂੰ ਸੁਣਾਇਆ ਤਾਂ ਫਿਰ ਬਹੁਤ ਵਧੀਆ ਲੱਗਾ ਉਸ ਤੋਂ ਬਾਅਦ ਇਹਦੀ ਰੀਕੰਪੋਜੀਸ਼ਨ ਕੀਤੀ ਅਮਨਹਿਰ ਜੀ ਤੇ ਅਮਨਹਿਰ ਪਾਜੀ ਨੇ ਇਹਦਾ ਮਿਊਜ਼ਿਕ ਕੀਤਾ ਪੂਰੀ ਐਲਬਮ ਆ ਦਾ ਮੁੰਡਾ ਬਈ ਹਾਂ ਬਿਲਕੁਲ ਜੀ ਬਹੁਤ ਟੇਰੈਂਟ ਮੈਂ ਲੈਮਿੰਗ ਪਾਦਾ ਸੋ ਉਹਨਾਂ ਨੇ ਬੜੀ ਖੂਬਸੂਰਤੀ ਨਾਲ ਇਸ ਦਾ ਮਿਊਜ਼ਿਕ ਤੇ ਕੇ ਇਸ ਗੀਤ ਨੂੰ ਸਜਾਇਆ ਅੱਛਾ ਫਿਰ ਜਦੋਂ ਤੁਸੀਂ ਜਮਲਾ ਜੱਟ ਜੀ ਨਾਲ ਸਿੱਖ ਕੇ ਫਿਰ ਇੱਥੇ ਕਦੋਂ ਤੋ ਆਏ ਇਹ ਕਾਫੀ ਪੁਰਾਣੀ ਗੱਲ ਸੀ ਜਮਲਾ ਜੀ ਦੇ ਨਾਲ ਫਿਰ ਮੈਂ ਸਟੇਜਾਂ ਤੇ ਜਾਂਦਾ ਸੀ ਉਸ ਤੋਂ ਬਾਅਦ ਫਿਰ ਪੰਜਾਬ ਦੇ ਆਲਮੋਸਟ ਵੀ ਆਪਾਂ ਕਹਿ ਸਕਦੇ ਆ ਪ੍ਰਸਿੱਧ ਆਰਟਿਸਟ ਉਸ ਵਲੇ ਸੀਗੇ ਮੁਹੰਮਦ ਸਦੀਕ ਸਰੁੰਦਰ ਸਿੰਧਾ ਕਰਤਾਰ ਰਮਲਾ ਅਮਰ ਸਿੰਘ ਚਮਕੀਲਾ ਸੀਤਲ ਸਿੰਘ ਸੀਤਲ ਪਿਆਰਾ ਸਿੰਘ ਪੰਚੀ ਕਾਫੀ ਹੋਰ ਆਰਟਿਸਟ ਜਿਨ੍ਹਾਂ ਦੇ ਨਾਲ ਮੈਂ ਹਾਰਮੋਨੀਅਮ ਪਲੇ ਕਰਦਾ ਸੀਗਾ ਬੜੀ ਪੁਰਾਣੀਆਂ ਗੱਲਾਂ ਖੈ ਹਾਂਜੀ ਸੋ ਉਹਨਾਂ ਦੇ ਨਾਲ ਮੈਨੂੰ ਫਿਰ ਕਾਫੀ ਮਤਲਬ ਨੌਲੇਜ ਆਈ ਕਿ ਹਾਂ ਪੰਜਾਬੀ ਗਾਇਕੀ ਉਸ ਤੋਂ ਪਹਿਲਾਂ ਮੈਨੂੰ ਪੰਜਾਬੀ ਗਾਇਕੀ ਨਾਲ ਕੋਈ ਬਹੁਤਾ ਜ਼ਿਆਦਾ ਲਗਾਵ ਨਹੀਂ ਸੀਗਾ ਅੱਛਾ ਔਰ ਉਸ ਤੋਂ ਬਾਅਦ ਫਿਰ ਮੈਂ ਫਰੀਦਕੋਟ ਚ ਜਾ ਕੇ ਮੈਨੂੰ ਫਿਰ ਲੱਗਾ ਕਿ ਮੈਂ ਵੀ ਸਿੰਗਰ ਬਣ ਸਕਦਾ ਸੋ ਮੇਰਾ ਉਹ ਜੋ ਚੇਲਾ ਮੈਨੂੰ ਕਹਿੰਦਾ ਨਹੀਂ ਹੁਣ ਤੁਸੀਂ ਵਾਜਾ ਨਾ ਤੁਸੀਂ ਬੁਕਿੰਗ ਕਰਿਆ ਕਰੋ ਸੋ ਮੈਂ ਫਿਰ ਫਰੀਦਕੋਟ ਦੇ ਵਿੱਚ ਜਾ ਕੇ ਬਾਬਾ ਫਰੀਦ ਸੰਗੀਤ ਅਕੈਡਮੀ ਖੋਲੀ ਔਰ ਇਹ ਗੱਲ ਹੈਗੀ ਹੈ 84 ਤੋਂ ਲੈ ਕੇ 91 ਤੱਕ ਸੋ ਉਸ ਵਕਤ ਫਿਰ ਮੈਂ ਦੂਰਦਰਸ਼ਨ ਤੇ ਹਾਰਮੋਨੀਅਮ ਪਲੇ ਕਰਨ ਵਾਸਤੇ ਜਾਂਦਾ ਹੁੰਦਾ ਸੀਗਾ ਸੋ 9 87 ਦੇ ਵਿੱਚ ਮੈਂ ਦੂਰਦਰਸ਼ਨ ਤੇ ਗਿਆ ਸੀਗਾ ਇਕਾਹਰ ਉਸ ਦਿਨ ਨਾਲ ਹਰਮੋਨੀਅਮ ਪਲੇ ਕਰਨ ਵਾਸਤੇ ਸੋ ਉਹਦੇ ਨਾਲ ਮੈਂ ਜਦੋਂ ਹਰਮੋਨੀਅਮ ਪਲੇ ਕੀਤਾ ਤੇ ਉਸ ਵਕਤ ਹਰਜੀਤ ਸਿੰਘ ਉਥੇ ਪ੍ਰੋਡਿਊਸਰ ਹੁੰਦੇ ਸੀਗੇ ਉਹਨਾਂ ਨੇ ਕਿਹਾ ਕਿ ਯਾਰ ਤੂੰ ਬਹੁਤ ਵਧੀਆ ਹਰਮੋਨੀਅਮ ਵਜਾਉਣਾ ਪੂਰਾ ਗਾਣਾ ਹੀ ਕੱਲੇ ਹਰਮੋਨੀਅਮ ਨਾਲ ਤੂੰ ਵਜਾ ਦੇਣਾ ਤੈਨੂੰ ਗਾਉਣਾ ਵੀ ਆਉਂਦਾ ਮੈਂ ਕਿਹਾ ਜੀ ਮੈਂ ਮਾੜਾ ਮੋਟਾ ਗਾ ਲੈਣਾ ਮੈਨੂੰ ਕੋਈ ਨਹੀਂ ਗਾਣਾ ਸੁਣਾ ਮੈਂ ਉਹਨਾਂ ਨੂੰ ਇੱਕ ਗੀਤ ਕਿਹੜਾ ਸੌਰੀ ਮੈਂ ਉਹਨੂੰ ਗੀਤ ਸੁਣਾਇਆ ਸੋ ਉਹ ਮੈਨੂੰ ਗਾਣਾ ਸੁਣ ਕੇ ਬਹੁਤ ਖੁਸ਼ ਹੋਏ ਕਹਿੰਦੇ ਤੂੰ ਤਾਂ ਬਹੁਤ ਅੱਛਾ ਆਰਟਿਸਟ ਹੈ ਤੂੰ ਤੈਨੂੰ ਗਾਉਣਾ ਚਾਹੀਦਾ ਮੈਂ ਕਿਹਾ ਜੀ ਮੈਨੂੰ ਕੋਈ ਸਪੋਰਟ ਨਹੀਂ ਕਰਦਾ ਕਹਿੰਦੇ ਮੈਂ ਸਪੋਰਟ ਕਰਦਾ ਤੇਰੀ ਸੋ ਸਵੀਟ ਆਫ ਕੀ ਨਾਮ ਹਨ ਹਰਜੀਤ ਸਿੰਘ ਹਰਜੀਤ ਸਿੰਘ ਤਾਂ ਉਹ ਉਸ ਵਕਤ ਮਤਲਬ ਮੈਂ ਕਹਿ ਸਕਦਾ ਕਿ ਹਰਜੀਤ ਸਿੰਘ ਇੱਕ ਐਸੇ ਮਤਲਬ ਅੱਛੇ ਪਰਸਨ ਸੀਗੇ ਕਿ ਉਹਨਾਂ ਨੇ ਚਾਹੇ ਹਾਂਸ ਰਾਜ ਭਾਜੀ ਸੀਗੇ ਚਾਹੇ ਦਲਸ਼ਾਦ ਅਕਤਰ ਸੀ ਚਾਹੇ ਸਰਦੂਲ ਸਕੰਦਰ ਸੀ ਚਾਹੇ ਅਮਰ ਨੂਰੀ ਸੀ ਚਾਹੇ ਦਰਮਲ ਸਿੱਧੂ ਸੀ ਹੋਰ ਬਹੁਤ ਸਾਰੇ ਆਰਟਿਸਟਾਂ ਨੂੰ ਹਰਜੀਤ ਸਿੰਘ ਨੇ ਇੰਟਰੋਡਿਊ ਨੇ ਪੈਸੇ ਨਹੀਂ ਹੈ ਸਟੂਡੀਓ ਜਾਣ ਵਾਸਤੇ ਕਹਿੰਦਾ ਮੈਂ ਤੈਨੂੰ ਦੂਰਦਰਸ਼ਨ ਲਈ ਉਹ ਤੈਨੂੰ ਮੈਨੂੰ 3000 ਦਾ ਚੱਕ ਦਿੱਤਾ ਸੀਗਾ ਸੋ ਇਹ ਗਾਣਾ ਮੈਂ ਉਸ ਵਕਤ ਫਿਰ ਦੂਰਦਰਸ਼ਨ ਤੇ ਲਾਇਆ ਸੀਗਾ ਮੇਰੇ ਦਿਲ ਦਾ ਖਡਾਉਣਾ ਨਾਲ ਲੈ ਜਾ ਕਦੇ-ਕਦੇ ਖੇੜ ਲਿਆ ਕਰੀ ਔਰ ਇਹ ਗਾਣਾ ਜਦੋਂ ਟੀਵੀ ਤੇ ਰਾਤ ਨੂੰ 8 ਵਜੇ ਪ੍ਰੋਗਰਾਮ ਚੱਲਦਾ ਸੀਗਾ ਉਸ ਤੋਂ ਪਹਿਲਾਂ ਮੈਨੂੰ ਕੋਈ ਨਹੀਂ ਜਾਣਦਾ ਸੀਗਾ ਲੇਕਿਨ ਜਦੋਂ ਇਹ ਗਾਣਾ ਮਤਲਬ ਟੀਵੀ ਤੇ ਆ ਗਿਆ ਲਸ਼ਕਾਰੇ ਪ੍ਰੋਗਰਾਮ ਦੇ ਵਿੱਚ ਉਸ ਤੋਂ ਬਾਅਦ ਦਿਨ ਚੜਿਆ ਔਰ ਮੈਂ ਜਦੋਂ ਟੈਣੇ ਤੋਂ ਫ੍ਰੀਕੋਰਟ ਨੂੰ ਜਾ ਰਿਹਾ ਸੀਗਾ ਤੂੰ ਬਸ ਦੁਨੀਆ ਦੀਆਂ ਨਜ਼ਰਾਂ ਹੀ ਜਿਹੜੀਆਂ ਉਹ ਮੇਰੇ ਪ੍ਰਤੀ ਬਦਲ ਗਈਆਂ ਸੀ ਮੈਂ ਮਤਲਬ ਰਾਤੋਂ ਰਾਤ ਸਟਾਰ ਜੀ ਨੂੰ ਕਹਿੰਦੇ ਆ ਰੋਵਣਾ ਅੱਜ ਰਾਤੋਂ ਰਾਤ ਸਟਾਰ ਬਣਨਾ ਸ਼ਾਇਦ ਇੰਨਾ ਜ਼ਿਆਦਾ ਮਤਲਬ ਆਸਾਨ ਨਹੀਂ ਹੈ ਕਿਉਂਕਿ ਅੱਜ ਕੱਲ ਇੰਨਾ ਜ਼ਿਆਦਾ ਇੰਨੇ ਜ਼ਿਆਦਾ ਚੈਨਲ ਹੈ ਇੰਨਾ ਰੇਡੀਓ ਹੈ ਇੰਨਾ ਨੈਟ ਹੈ ਬੰਦਾ ਇੱਕ ਦਿਨ ਜੀ ਨਹੀਂ ਬਣਦਾ ਉਹ ਸਮੇਂ ਕੁਝ ਨਹੀਂ ਸੀਗਾ ਇੱਕੋ ਹੀ ਦੂਰਦਰਸ਼ਨ ਹੁੰਦਾ ਸੀ ਜਿਹਦਾ ਗਾਣਾ ਉਹਦੇ ਚ ਆ ਗਿਆ ਤੇ ਜਿਹੜਾ ਲੋਕਾਂ ਨੂੰ ਚੰਗਾ ਲੱਗ ਗਿਆ ਉਹ ਸਟਾਰ ਬਣ ਗਿਆ ਸੋ ਉਹ ਗਾਣਾ ਮੈਂ ਮੈਂ ਆਪਣੇ ਸਰੋਤਿਆਂ ਨੂੰ ਸਾਂਝਾ ਵੀ ਕਰਨਾ ਚਾਹੂੰਗਾ ਦੋਸਤੋ ਮੈਂ ਇਹ ਕਹਿਣਾ ਚਾਹਨੀ ਆ ਕਿ ਜ਼ਿੰਦਗੀ ਦੇ ਵਿੱਚ ਕਹਿੰਦੇ ਨਾ ਰੱਬ نیچے ਉਤਰ ਕੇ ਆਪ ਨਹੀਂ ਆਂਦਾ ਇਹ ਰੱਬ ਨੇ ਇਹ ਜਿਸ ਨਾਲ ਕਈ ਏਜੰਟਸ ਹੁੰਦੇ ਨਾ ਇਹ ਬਣਾਏ ਹੁੰਦੇ ਆ ਕਿ ਜਾਂ ਕਿਸੇ ਦੀ ਮਦਦ ਕਰ ਸੋ ਇਨਸਾਨ ਨੂੰ ਕੋਈ ਵੀ ਇਨਸਾਨ ਜ਼ਿੰਦਗੀ ਵਿੱਚ ਕਦੋਂ ਕਿਹੜੇ ਮੋੜ ਤੇ ਮਿਲ ਜਾਣਾ ਕੁਝ ਪਤਾ ਨਹੀਂ ਹੁੰਦਾ ਕਿੰਨੇ ਤੁਹਾਡੀ ਸਹਾਇਤਾ ਕਰਨੀ ਹੈ ਸੋ ਸਾਡੇ ਨਿਰਮਲ ਜੀ ਨੂੰ ਇਹ ਹਰਜੀਤ ਸਿੰਘ ਜੀ ਦਾ ਸਹਾਰਾ ਮਿਲਿਆ ਕਿਸਰਾ ਇਹ ਸਪੋਟੀ ਤੋਂ ਚੜੇ ਸੁਣਨ ਲੱਗੇ ਨੇ ਕਿਹੜੇ ਗੀਤ ਤੋਂ ਹਰਜੀਤ ਸਿੰਘ ਜੀ ਨੇ ਇਹਨਾਂ ਦਾ ਸਾਥ ਦਿੱਤਾ ਬਿਲਕੁਲ ਜੀ ਇਹ ਮੇਰਾ ਪਹਿਲਾ ਗਾਣਾ ਸੀਗਾ ਮੇਰਾ ਪਹਿਲਾ ਹਿੱਟ ਜਿਹਨੂੰ ਮੈਂ ਕਹਿ ਸਕਦਾ ਹਾਂ ਔਰ ਅੱਜ ਮੇਰੇ ਖਾਲ 22 23 ਸਾਲ ਹੋ ਗਏ ਇਸ ਗਾਣੇ ਆਏ ਨੂੰ ਔਰ ਅੱਜ ਵੀ ਲੋਕਾਂ ਦੇ ਵਿੱਚ ਉਹਨਾ ਹੀ ਪਿਆਰਾ ਹੈ ਰੰਗ ਮਹਿੰਦੀ ਦਾ ਵਿਲਾਲ ਰੰਗ ਲਹੂ ਦਾ ਵਿਲਾਲ ਕੀ ਹੋ ਗਿਆ ਜੇ ਕੈਦੋ ਹੋਰੀ ਖੇਡ ਗੈਨ ਚਾਲੀ ਲੋਹੂ ਮੈਂ ਦੀ ਚਿਰਲਾ ਕੇ ਲਾਲ ਐ ਤਲੀਆਂ ਤੇ ਮੈਂ ਦੀ ਚਿਰਲਾ ਕੇ ਲਾਲ ਐ ਤਲੀਆਂ ਤੇ ਹੀਰੇ ਹੱਸ ਕੇ ਸੈਦੇ ਦੀ ਢੋਲੀ ਵਜਾ ਨੀ ਕਦੇ ਕਦੇ ਖੇ ਡਲਿਆ ਕਰੀ ਮੇਰੇ ਨਾਲ ਲੈ ਜਾ ਨੀ ਕਦੇ ਕਦੇ ਖੇਡ ਲਿਆ ਕਰੀ ਹੀਰੇ ਹੱਸ ਕੇ ਸੈਦ ਦੀ ਢੋਲੀ ਬੇ ਜਾ ਨੀ ਕਦੇ ਕਦੇ ਖੇਡ ਲਿਆ ਕਰੀ ਨੀ ਹੀਰੇ ਕਦੇ ਖੇਡ ਲਿਆ ਕਰੀ ਹੀਰੇ ਕਦੇ ਖੇਡ ਲਿਆ ਕਰੀ ਬਹੁਤ ਬਹੁਤ ਚੇ ਇਹ ਗੀਤ ਕਿਸੇ ਨੇ ਲਿਖਿਆ ਤੁਹਾਡੇ ਲਈ ਜਦ ਤੁਸੀਂ ਗਾਇਆ ਕਿ ਆਪਣੇ ਨਹੀਂ ਬਿਲਕੁਲ ਇੱਕ ਅਮਰਮਸਤਾਨਾ ਕੋਟ ਕਬੂਰੇ ਦੇ ਰਾਈਟਰ ਨੇ ਔਰ ਇਸ ਗਾਣੇ ਨਾਲ ਦੋ ਬੰਦੇ ਤਰੇ ਇੱਕ ਨਰਮਲ ਸਿੱਧੂ ਔਰ ਇੱਕ ਅਮਰਮਸਤਾਨਾ ਕਿਉਂਕਿ ਅਮਰਮਸਤਾਨਾ ਜਿਹੜਾ ਰਾਈਟਰ ਸੀ ਇਸ ਗਾਣੇ ਦਾ ਉਹ ਰਕਸ਼ਾ ਚਲਾਉਂਦਾ ਸੀਗਾ ਓਕੇ ਔਰ ਜਦੋਂ ਇਹ ਗਾਣਾ ਮਾਰਕੀਟ ਦੇ ਵਿੱਚ ਆਇਆ ਸੋ ਉਹ ਬੰਦਾ ਵੀ ਮਤਲਬ ਇੱਕ ਅੱਛਾ ਸਟਾਰ ਬਣ ਗਿਆ ਔਰ ਬਹੁਤ ਸਾਰੇ ਉਸ ਤੋਂ ਬਾਅਦ ਵੀ ਉਹਦੇ ਗਾਣੇ ਮਾਸਟਰ ਸਲੀਮ ਔਰ ਕਈ ਆਰਟਿਸਟਾਂ ਨੇ ਉਹਦੇ ਗਾਣੇ ਗਾਏ ਸੋ ਮਤਲਬ ਮੈਂ ਸਮਝਦਾ ਕਿ ਮੇਰੀ ਆਇਡੈਂਟੀਫਿਕੇਸ਼ਨ ਜਿਹਨੂੰ ਕਹਿ ਸਕਦਾ ਦੁਨੀਆ ਚ ਨਿਰਮਲ ਸਿੱਧੂ ਨੂੰ ਜੇ ਕੋਈ ਜਾਣਦਾ ਹੈ ਤਾਂ ਉਹ ਉਹ ਗਾਣਾ ਇਸ ਗਾਣੇ ਤੋਂ ਜਾਣਦਾ ਹੈ ਤੇ ਨਿਰਮਲ ਸਿੱਧੂ ਨੇ ਲਿਖਣਾ ਕਦੋਂ ਸ਼ੁਰੂ ਕੀਤਾ ਜੀਤਾਂ ਨੂੰ ਅ ਬਿਲਕੁਲ ਜੀ ਮੈਂ ਮੇਰਾ ਇਸ ਤੋਂ ਪਹਿਲਾਂ ਵੀ ਮੈਂ ਕੁਝ ਗਾਣੇ ਲਿਖੇ ਸੀਗੇ ਮੈਨੂੰ ਉਹਨਾਂ ਬਾਰੇ ਬਹੁਤ ਜ਼ਿਆਦਾ ਪੱਕਾ ਨਹੀਂ ਪਤਾ ਲੇਕਿਨ ਇੱਕ ਗਾਣਾ ਮੇਰਾ ਜਿਹੜਾ ਲੋਕਾਂ ਨੇ ਪ੍ਰਵਾਨ ਕੀਤਾ ਕਿਉਂਕਿ ਮੈਂ ਸਮਝਦਾ ਕਿ ਕੋਈ ਵੀ ਰਾਈਟਰ ਉਹ ਉਹਨੀ ਦੇਰ ਨਹੀਂ ਬਣਦਾ ਜਿੰਨਾ ਚਿਰ ਲੋਕੋ ਨੂੰ ਪ੍ਰਵਾਨ ਨਹੀਂ ਕਰਦੇ ਲੱਖਾਂ ਹੀ ਲੋਕ ਆ ਜਿਹੜੇ ਘਰੇ ਬੈਠੇ ਕਿਤਾਬਾਂ 'ਚ ਲਿਖੀ ਜਾਂਦੇ ਆ ਬਹੁਤ ਸਾਰੀਆਂ अलमारੀਆਂ ਭਰੀਆਂ ਪਈਆਂ ਬੜੀਆਂ ਬੁੱਕਾਂ ਲੇਕਿਨ ਉਹ ਰਿਕਾਰਡ ਨਹੀਂ ਹੋਇਆ ਜਾਂ ਲੋਕਾਂ ਨੇ ਪਿਆਰ ਨਹੀਂ ਕੀਤਾ ਸੋ ਉਹ ਰਾਈਟਰ ਨਹੀਂ ਹੈ ਰਾਈਟਰ ਉਹ ਹੀ ਹੈ ਜਿਹਦਾ ਲੋਕਾਂ ਨੇ ਐਕਸੈਪਟ ਕੀਤਾ ਸੋ ਮੈਂ ਜਿਹੜਾ ਮੇਰਾ ਪਹਿਲਾ ਗੀਤ ਲੋਕਾਂ ਨੇ ਐਕਸੈਪਟ ਕੀਤਾ ਸੀਗਾ ਉਹ ਇੱਕ ਮੇਰੀ ਐਲਬਮ ਆਈ ਸੀਗੀ ਸੀ ਸ਼ਕਤਲ ਹਿੰਦੀ ਐਲਬਮ ਸੀਗੀ ਪੰਜਾਬੀ ਔਰ ਹਿੰਦੀ ਐਲਬਮ ਸੀ ਔਰ ਉਹਦੇ ਚ ਮੇਰਾ ਗਾਣਾ ਸੀਗਾ ਸ਼ੀਸ਼ੇ ਦਾ ਦਿਲ ਤੋੜਾ ਮੇਰਾ ਉਹ ਜਾਣੇ ਜਾ। ਓਕੇ। ਸੂਫਿਆਨਾ ਕਹ ਲੋ ਕੁਝ ਥੋੜਾ ਜਿਹਾ ਕਲਾਸਿਕ ਟਾਈਪ ਦੀ ਸੀਗੀ ਔਰ ਉਹ ਮੇਰਾ ਪਹਿਲਾ ਗਾਣਾ ਸੀ ਔਰ ਉਸ ਉਹਦੇ ਨਾਲ ਮੈਨੂੰ ਬਹੁਤ ਵੱਡੀ ਪ੍ਰਾਪਤੀ ਹੋਈ ਸੀ ਕਿ 2000 ਦੇ ਵਿੱਚ ਲਖਸ ਦੀ ਸਿਨੇਵਾਰ ਦੇ ਵਿੱਚ ਪੰਜਾਬ ਦਾ ਕੋਈ ਪਹਿਲਾ ਕਲਾਕਾਰ ਸੀਗਾ ਜਿਹਨੇ ਜਾ ਕੇ ਇੱਕ ਕਲਾਸਿਕਲ ਲਾਈਵ ਪਰਫਾਰਮੈਂਸ ਕੀਤੀ ਸੀ ਸਾਰੀ ਫਿਲਮ ਇੰਡਸਟਰੀ ਦੇ ਅੱਗੇ। ਫੈਂਟੈਸਟਿਕ। ਔਰ ਉਸ ਤੋਂ ਬਾਅਦ ਇਹੋ ਮੇਰਾ ਜਿਹੜਾ ਗਾਣਾ ਸੀਗਾ ਉਸ ਤੋਂ ਬਾਅਦ ਕੋਰੀਓਗ੍ਰਾਫਰ ਰੈਮੋ ਜਿਹੜਾ ਸ਼ਾਹਰੂਖ ਖਾਨ ਦੇ ਬਹੁਤ ਸਾਰੇ ਗਾਣੇ ਕਰਦਾ ਹੈ ਉਹਨੇ ਮੇਰੇ ਨਾਲ ਸਟੇਜ ਤੇ ਐ ਸੋ ਇਹ ਮਤਲਬ ਇਹਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਰਾਈਟਰਾਂ ਦੇ ਗਾਣੇ ਲਿਖੇ ਸੀ ਬਾਬੂ ਸਿੰਘ ਮਾਨ ਅ ਹੋਰ ਕਾਫੀ ਵੱਡੇ ਵੱਡੇ ਰਾਈਟਰ ਸੀਗੇ 사જન ਰਾਏ ਕੋਟੀ ਲੇਕਿਨ ਉਹਨਾਂ ਨੇ ਇਹ ਮੇਰੇ ਵਾਲਾ ਗਾਣਾ ਕੱਢਿਆ ਕਿ ਇਹਦਾ ਵੀਡੀਓ ਬਣਾਉਣਾ ਉਹਦਾ ਬਹੁਤ ਵੱਡਾ ਵੀਡੀਓ ਬਣਾਇਆ ਔਰ ਜੀ ਮਤਲਬ ਮਤਲਬ ਫਿਲਮਸ ਨੇ ਉਹਨੂੰ ਰਿਲੀਜ਼ ਕੀਤਾ ਸੋ ਜਦੋਂ ਇਹ ਮੇਰਾ ਗਾਣਾ ਲੋਕਾਂ ਦੇ ਵਿੱਚ ਆਇਆ ਤਾਂ ਇੱਕ ਰਾਈਟਰ ਦੇ ਤੌਰ ਤੇ ਵੀ ਨਿਰਮਲ ਸਿੱਧੂ ਪਛਾਣ ਮੰਨ ਗਏ ਉਸ ਤੋਂ ਬਾਅਦ ਇੱਕ ਹੋਰ ਨਾਲ ਹੀ ਮੇਰਾ ਗਾਣਾ ਸੀਗਾ ਪਿੰਡ ਦੇ ਜਿੰਨੇ ਵਿਲੀ ਬੰਦੇ ਸਭ ਨਾਲ ਤੇਰੀ ਯਾਰੀ ਵੇ ਨਾ ਪਿਆ ਕਾ ਡੁੱਬ ਜਾਣਿਆ दारू ਤੇਰੀ ਮਾੜੀ ਬਹੁਤ ਬਹੁਤ ਵੱਡਾ ਗਾਣਾ ਸੀਗਾ ਇਹ ਲੋਕਾਂ ਦੇ ਵਿੱਚ ਅੱਜ ਵੀ ਮਤਲਬ ਤੁਸੀਂ ਪੰਜਾਬ ਦੇ ਵਿੱਚ ਕਿਸੇ ਵੀ ਵਿਆਹ ਤੇ ਜਾਓ ਕਿਸੇ ਡੀਜੀ ਤੇ ਜਾਓ ਕਿਸੇ ਵੀ ਫੰਕਸ਼ਨ ਤੇ ਜਾਓ ਤੇ ਜਿਹੜੇ ਭੰਗੜੇ ਵਾਲੇ ਹੁੰਦੇ ਆ ਉਹ ਸਭ ਤੋਂ ਪਹਿਲਾ ਗਾਣਾ ਇਲਾਉਂਦੇ ਸੀ ਔਰ ਉਹਦੇ ਤੇ ਐਕਟ ਕਰਦੇ ਹੁੰਦੇ ਸੀਗੇ ਕਿ ਲੇਡੀਜ਼ ਜਿਹੜੀਆਂ ਹੈਗੀਆਂ ਉਹ ਜਿਹੜੇ ਬੰਦੇ दारू ਪੀਂਦੇ दारू ਬਹੁਤ ਪੀਂਦੇ ਫਿਰ ਉਹਨਾਂ ਨੂੰ ਜੁੱਤੀਆਂ ਮਤਲਬ ਮਾਰ ਦੀਆਂ ਸਿਰ ਦੇ ਉੱਤੇ ਉਹ ਪੱਠੇ ਲੈ ਕੇ ਆਉਂਦੇ ਆ ਰਾਜ ਪੱਠੇ ਸਿਰ ਤੇ ਮਤਲਬ ਕਾਫੀ ਟਰੈਡੀਸ਼ਨਲ ਗੱਲਾਂ ਪਿੰਡੂ ਗੱਲਾਂ ਬਿਲਕੁਲ ਲਓ ਦੋਸਤੋ ਅਸੀਂ ਛੋਟੀ ਜੀ ਬ੍ਰੇਕ ਵੱਲ ਚੱਲਾਂਗੇ ਬ੍ਰੇਕ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਜਾਰੀ ਰੱਖਾਂਗੇ ਇਹੇ ਰਾਈਟਰ ਕਿਸ ਤਰ੍ਹਾਂ ਬਣ ਗਏ ਔਰ ਸਿੰਗਰ ਤਾਂ ਹੈ ਹੀ ਔਰ ਇਹਨਾਂ ਨੂੰ ਖਾਣਾ ਪੀਣਾ ਕੀ ਪਸੰਦ ਹੈ ਔਰ ਪਹਿਨਣਾ ਕੀ ਪਸੰਦ ਹੈ ਕੀ ਇਹਨਾਂ ਦੇ ਸ਼ੌਕ ਨੇ ਔਰ ਇਹਨਾਂ ਦੇ ਪੇਰੈਂਟ back soon. Nesitare sponsored by Bilal House of Kebabs in Leicester. Nesitare sponsored by Mem Saad Spa.